मेरा ममता नाम है ते बुरे हालात ने कारोबार कोई नहीं है ना मकान है साढ़े किराए ते बैठे बेटा मेंटल हो गया पे हाँ जी बी एम ए की हाँ जी नहीं नौकरी नहीं मिली अपना ही सप्लाई करता है टोपियां गोलियां हाँ जी इधर दिमागी हालात तुझे इधर कोई इलाज नहीं कराया कराया है भाजी बड़ा ही पज्जे हैं उन चलता भी है फाजल का तो छह महीने के हैं उन्होंने कोर्स चल लेगा इंदा बेटे का ये हालात इंदर कितना हो गए कि नौकरी नौकरी नहीं मिली नौकरी भी नहीं मिली नहीं बस आइए काम दे बारे मकान दे बारे सोचता रहता बेटा अज भी कहता वैसे पहले मकान बनाइए आप मैं कह जो माता रानी दे ही उदा लवान की कहना ਤੁਹਾਡਾ ਜੀ ਇਸ ਤਰ੍ਹਾਂ ਦੇ ਨਾਲ ਹਾਲਾਤ ਕਿੱਦਾਂ ਦੇ ਹੁਣ ਕਿਵੇਂ ਗੁਜ਼ਰਦੇ ਚੰਗੇ ਹੋ ਜਾਣ ਵੀਰੇ ਸਾਡੇ ਹਾਲਾਤ ਹੁਣ ਤਾਂ ਬਹੁਤ ਹੀ ਮਾੜੇ ਨੇ ਸਾਡੇ ਹਾਲਾਤ ਗੁਜ਼ਾਰਾ ਜਿਹੜਾ ਹੈਗਾ ਉਹ ਕਿੱਦਾਂ ਚੱਲਦਾ ਤੁਹਾਡਾ ਘਰ ਦਾ ਬਸ ਜਿੱਦਾਂ ਹੁਣ ਬੇਟਾ ਤਾਜ਼ਾ ਲਾਏਗਾ ਰਾਸ਼ਨ ਬਣਾ ਲਈਦਾ ਖਾ ਲਈਦਾ ਕਿਸੇ ਨੇ ਮਦਦ ਨਹੀਂ ਕੀਤੀ ਕੋਈ ਨਹੀਂ ਕਰਦਾ ਭਾਜੀ ਕੋਈ ਸਰਕਾਰੀ ਮਦਦ ਆਈ ਹੋਵੇ ਨਹੀਂ ਪੈਨਸ਼ਨ ਲੱਗੀ ਤੁਹਾਡੀ ਨਾ ਇਹਦਾ ਕਿੰਨਾ ਕਿਰਾਇਆ ਦਿੰਦੇ 1700 ਦੇ ਰਹੇ ਆ ਕਿਰਾਇਆ 1700 ਕੀ ਮੰਗ ਕੀ ਕਰਦੇ ਆ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਅਸੀਂ ਦੇਖ ਰਹੀ ਆ असि भाजिया ही देख रहे सा मकान बन जाए बस सानू मकान की भुख है मकान बन जाए साडा बस हाँ जी हाँ जी होटल तो लगे ने इन्हों सामने वाले इन्हों का जवाई है ना उत्थे लगे ने ਪਟਰਾਮ ਪੱਬ ਦੇ ਕੋਲ ਤੁਸੀਂ ਕੀ ਕੰਮ ਕਰਦੇ ਹੋ ਮੈਂ ਆਪ ਕੁਝ ਨਹੀਂ ਕਰਦੀ ਘਰੇ ਰਹਿਣੀ ਹੈ ਸਾਰਾ ਦਿਨ ਜਵਾਕ ਨੂੰ ਸੰਭਾਲਦੇ ਹੋ ਹਾਂਜੀ ਕੱਪੜੇ ਧੋ ਲਏ ਭਾਂਡੇ ਸਫਾਈਆਂ ਵਗੈਰਾ ਨਾਸ਼ਤਾ ਵਗੈਰਾ ਬਣਾ ਦਿੰਦੀ ਐਕਚੁਅਲੀ ਅਸੀਂ ਇਹ ਮਾਤਾ ਕੋਲ ਪਹਿਲੇ ਵੀ ਦੋ ਤਿੰਨ ਵਾਰੀ ਆਏ ਸੀ ਪਰ ਮਾਤਾ ਦੇ ਹਾਲਾਤ ਬਹੁਤ ਬੁਰੇ ਆ ਜੀ ਕਈ ਵਾਰੀ ਤਾਂ ਦੇਖਦੇ ਸੀ ਵੀ ਇਹ ਠੰਡ ਵਿੱਚ ਇੰਨੀ ਠੰਡ ਵਿੱਚ ਠਰ ਰਹੇ ਹੁੰਦੇ ਸੀ ਇਹਨਾਂ ਨੂੰ ਕੰਬਲ ਵਗੈਰਾ ਇੱਕ ਅੱਧੀ ਵਾਰੀ ਅਸੀਂ ਦੇ ਕੇ ਗਏ ਔਰ ਖਾਣ ਨੂੰ ਵੀ ਇੱਕ ਟਾਈਮ ਦੀ ਰੋਟੀ ਇਹਨਾਂ ਦੀ ਬਣਦੀ ਹੈ ਇੱਕ ਟਾਈਮ ਦੀ ਨਹੀਂ ਵੀ ਕਈ ਵਾਰੀ ਇਹਨਾਂ ਨੂੰ ਜੁੜਦੀ ਔਰ ਦੇਖ ਕੇ ਬੜਾ ਹੀ ਮਨ ਨੂੰ ਦੁੱਖ ਹੁੰਦਾ ਵੀ ਇਹਨਾਂ ਲੋਕਾਂ ਦੀ ਵੀ ਬਾਂਹ ਆਪਾਂ ਨੂੰ ਫੜਨੀ ਚਾਹੀਦੀ ਹੈ ਇਹਨਾਂ ਦਾ ਇਹਨਾਂ ਦੇ ਹਾਲਾਤ ਪਹਿਲੇ ਜੀ ਠੀਕ ਸੀ ਗੁਜ਼ਾਰਾ ਥੋੜ੍ਹਾ ਬਹੁਤਾ ਚੱਲਦਾ ਸੀ ਜਿਵੇਂ ਇਹਨਾਂ ਦੇ ਹਸਬੈਂਡ ਨੇ ਉਹ ਹੋਟਲ 'ਤੇ ਲੱਗਿਆ ਜੀ ਥੋੜ੍ਹਾ ਬਹੁਤਾ ਕੰਮ ਕਰਦੇ ਸੀਗੇ ਅਤੇ ਗੁਜ਼ਾਰਾ ਚੱਲੀ ਜਾਂਦਾ ਸੀ ਕਾਰ ਇਹਨਾਂ ਦਾ ਪਹਿਲੇ ਹੀ ਕਿਰਾਏ 'ਤੇ ਸੀ ਔਰ ਮਾਤਾ ਨੇ ਮਿਹਨਤ ਕਰਕੇ ਅੰਕਲ ਨੇ ਮੁੰਡੇ ਨੂੰ ਇੱਥੋਂ ਤੱਕ ਵੀ ਡਬਲ MA ਕਰਾਈ ਮਿਊਜ਼ਿਕ ਦੀ ਜੀ ਔਰ ਕੀ ਹਾਲਾਤ ਹੋਏ ਮੁੰਡਾ ਥੋੜ੍ਹਾ ਟੈਨਸ਼ਨ ਰੱਖਣ ਲੱਗ ਗਿਆ ਨੌਕਰੀਆਂ ਦੇ ਕਾਫੀ ਫੋਰਮ ਵਗੈਰਾ ਭਰੇ ਔਰ ਨੌਕਰੀ ਮਿਲੀ ਨਹੀਂ ਦਿਨ ਬੇ ਦਿਨੇ ਬੋਝ ਪਾਉਂਦੇ ਗਏ ਜਿਵੇਂ ਦਿਮਾਗ 'ਤੇ ਔਰ ਵਿਚਾਰਿਆਂ ਨੇ ਜਿੰਨਾ ਕੁ ਹੋ ਸਕਾ ਇਲਾਜ ਕਰਾਇਆ ਜੀ ਅਤੇ ਮੁੰਡਾ ਹੁਣ ਮੈਂਟਲੀ ਹਾਲਤ ਬਹੁਤ ਜ਼ਿਆਦਾ ਮਤਲਬ ਖਰਾਬ ਹੈ ਆਪਣੇ ਆਪ ਨੂੰ ਸੰਭਾਲ ਵੀ ਨਹੀਂ ਸਕਦਾ ਮਾਤਾ ਸਾਰਾ ਦਿਨ ਉਹਦਾ ਕਰਦੀ ਹੈ ਸੰਭਾਲਦੀ ਹੈ ਜੀ ਅੰਕਲ ਹੋਟਲ 'ਤੇ ਲੱਗੇ ਆ ਥੋੜ੍ਹਾ ਬਹੁਤਾ ਗੁਜ਼ਾਰਾ ਹੁੰਦਾ ਔਰ ਇੱਥੋਂ ਤੱਕ ਕਿ ਘਰ ਵੀ ਇੰਨਾ ਜਿਹੜਾ ਇੱਕ ਰੂਮ ਤੁਸੀਂ ਦੇਖ ਰਹੇ ਹੋ ਜੀ ਇੰਨਾ ਕਿਰਾਏ 'ਤੇ ਲਿਆ ਹੋਇਆ ਔਰ 1700 ਰੁਪਏ ਕਿਰਾਇਆ ਪਿਛਲੇ 4 ਮਹੀਨਿਆਂ ਤੋਂ ਕਿਰਾਇਆ ਨਹੀਂ ਦੇ ਪਾਏ ਅਤੇ ਖੁਦ ਤੁਸੀਂ ਆਪ ਹੀ ਆਪਾਂ ਦੇਖ ਰਹੇ ਹਾਂ ਜੀ ਬਹੁਤ ਬੁਰੇ ਹਾਲ ਹੈ ਇਹਨਾਂ ਲੋਕਾਂ ਦੀ ਕਿਤੋਂ ਨਾ ਕਿਤੋਂ ਜ਼ਰੂਰ ਸਰਕਾਰਾਂ ਨੂੰ ਵੀ ਬਾਂਹ ਫੜਨੀ ਚਾਹੀਦੀ ਪਰ ਸਰਕਾਰਾਂ ਆਪ ਹੀ ਅੱਜ ਕੱਲ੍ਹ ਕਹਿੰਦੀਆਂ ਖਜ਼ਾਨਾ ਹੀ ਖਾਲੀ ਆ ਜੀ
और उस तो बाद उम्मीद रह जाती अपने समाज सेवक जिहड़े जथेबंदियां जां कुछ फोरन तो भरा मदद इन्हां परिवारां दी करदे आ जी। और असीं इसे आस ते इन्हां दे घर आए हैं जी, कुछ ना कुछ इन्हां दी मदद हो पाए तां बहुत धन्नवाद होएगा जी।